ਤਾਂ ਚੋਂ ਕੌਣ ਹਦੀਸ ਦੀ ਕਿਤਾਬਾਂ ਪੜ੍ਹੂਗਾ? ਕਿਹਨੂੰ ਰਾਵੀਆਂ ਦਾ ਪਾਉਂਦੇ ਆ ਗਈ ਹਰਾ ਹਰਮ ਦੱਸਣ ਦਿਆ ਇੰਨੀਆਂ ਕਿਤਾਬਾਂ? ਝੂਠ, ਬਿਲਕੁਲ ਚਿੱਟੇ ਝੂਠ ਬੋਲਦੇ। ਇਸੇ ਤੋਂ ਇਮਾਮ ਜਮਾਲਉਦੀਨ ਜ਼ੈਲੀ ਰਹਿਮਤੁਲਾ ਨਸਬਰਾ ਉਹਦੇ ਪਹਿਲੇ ਹਿੱਸੇ 'ਚ ਲਿਖਿਆ ਵੀ ਕਈ ਵਾਰੀ ਸਗੋਂ ਜਿਸ ਹਦੀਸ ਦੀਆਂ ਜਿੰਨੀਆਂ ਸਨਦਾਂ ਵੱਧਦੀਆਂ ਜਾਣ ਓਨੀ ਉਹ ਕਮਜ਼ੋਰ ਹੁੰਦੀ ਜਾਂਦੀ, ਉਹ ਸ਼ੱਕ ਹੁੰਦਾ ਜਾਂਦਾ ਵੀ ਯਾਰ ਇਹਦੀ ਕੋਈ ਜਾਨ ਹੁੰਦੀ ਤਾਂ ਕੋਈ ਸੱਚਾ ਬੰਦਾ ਜਿਹੜਾ ਸੀ ਇੱਕ ਵੀ ਉਹਦੇ ਨਾਲ ਵੈਰ ਸੀ ਹਜ਼ੂਰ ਨੂੰ ਵੀ ਸਹੀ ਆ ਰਾਵੀ ਨੇ ਕਿਸੇ ਨੇ ਵੀ ਨਹੀਂ ਯਾਦ ਰੱਖਿਆ, ਇਹ ਕਮਜ਼ੋਰ ਹੀ ਰਹਿ ਗਏ ਸਾਰੇ। ਉੱਥੇ ਉਹਨਾਂ ਮਿਸਾਲ ਵੀ ਦਿੱਤੀ ਇੱਕ ਹਦੀਸ ਤਹਿਤ ਕਿ ਜਿਵੇਂ ਤਿਰਮਿਜ਼ੀ 'ਚ ਆਉਂਦਾ ਸਾਡੇ ਸ਼ੀਆ ਦੋਸਤ ਵੀ ਪੜ੍ਹਦੇ ਕਿ ਅੱਲਾਹ ਦੇ ਰਸੂਲ ਨੇ ਇੱਕ ਦਿਨ ਆਖਿਆ ਕੋਈ ਜਾਨਵਰ ਭੁੱਜਾ ਆਇਆ ਆਪ ਕੋਲ ਪਰਿੰਦਾ ਗੋਸ਼ਤ, ਆਪ ਨੇ ਆਖਿਆ ਅੱਲਾਹ ਸਾਰੀ ਮਖਲੂਕ ਤੋਂ ਜਿਹੜਾ ਤੈਨੂੰ ਜ਼ਿਆਦਾ ਪਿਆਰਾ ਉਹ ਲਿਆ ਤਾਂ ਕਿ ਮੇਰੇ ਨਾਲ ਖਾਣਾ ਖਾ। ਅਤੇ ਹਜ਼ਰਤ ਚਲੀ ਆਏ, ਉਹ ਆਉਂਦੇ ਹੱਬੇ ਖਲਕੇ ਕਾ ਰਈਆ, ਸਾਰੀ ਮਖਲੂਕ 'ਚੋਂ ਪਿਆਰਾ ਕਿੱਥੇ ਅਬੂ ਬਕਰ ਉਮਰ ਲਈ ਫਿਰਦੇ? ਅਣਗਿਣਤ ਸੰਦਾ ਸੁਲਤਾਨੀ ਸਾਹਿਬ ਮੂੰਹ ਵੀ ਨਹੀਂ ਵਿਖਾ ਸਕਦੇ, ਬਈ ਨੇ ਰਾਵੀ ਸਭ ਝੂਠ, ਕੋਈ ਰਾਵੀ ਨਹੀਂ ਦਾ ਸਹੀ ਨਾ ਕੋਈ ਗੱਲ। ਕੀ ਰੋਈਏ ਭਾਈ, ਹਰ ਗਰੋਹ ਨੇ ਇੰਨਾ ਕੁਛ ਘੜ ਲਿਆ ਹੋਇਆ ਤਾਂ ਮੁਸਲਮਾਨਾਂ ਦੀ ਮੱਤ ਮਾਰ ਦਿਓ। ਅੱਲਾਹ ਤੋਂ ਡਰੋ, ਖਾਲਸ ਦੀਨ ਜਿਹੜਾ ਅੱਲਾਹ ਰਸੂਲ ਨੇ ਦੱਸਿਆ ਉਹਦੀ ਤਰਫਾ